ਪੁਲਿਸ ਤੇ ਨੋਰਮਲੀ ਟ੍ਰੈਫਿਕ ਦੇ ਉੱਪਰ ਬੜਾ ਇਸ਼ੂ ਬਣਿਆ ਰਹਿੰਦਾ ਹੈ ਕਿ ਯਾਰ ਗਲਤੀ ਕਿਹਦੀ ਹੈ। ਇੱਕ ਕੈਮਰਾ ਮੇਰੇ ਖਿਆਲ ਨਾਲ ਸੋਲਵ ਕਰ ਸਕਦਾ ਕਿ ਗਲਤੀ ਕਿਹਦੀ ਹੈ। ਵੀ ਸੋਫਿਸਟੀਕੇਟਡ ਇੰਸਟਰੂਮੈਂਟਸ ਹੈ ਆਜ ਕੀ ਡੇਟ ਪੇ ਜੋ ਆ ਰਹੇ ਹੈ, ਚਾਹੇ ਵੋ ਡੈਸ਼ ਕੈਮ ਹੈ, ਚਾਹੇ ਵੋ ਬੜੇ ਕੈਮਰਾਜ਼ ਹੈ, ਆਡੀਓ, ਯੇ ਸਾਰੋ ਕਾ ਇਵੈਂਚੁਅਲੀ ਇੱਕ ਹੀ ਪਰਪਜ਼ ਹੈ ਕਿ ਹਮ ਕਿਸ ਤਰੀਕੇ ਸੇ ਵੀ ਆਰ ਏਬਲ ਟੂ ਸੇਵ ਕੌਨਫਲਿਕਟਸ। ਰਿਕਾਰਡਿੰਗ ਫਰੰਟ ਤੋਂ ਲੈ ਰਹੇ ਹਾਂ ਆਪਾਂ, ਫਰੰਟ ਡੈਸ਼ ਕੈਮ ਜਿੰਨੀ ਵੀ ਅੱਛੀ ਡਿਵਲਪਡ ਕੰਟਰੀਜ਼ ਹੈਗੀਆਂ ਸਾਰਿਆਂ 'ਚ ਮੈਂਡੇਟਰੀ ਹੈਗਾ। ਇੰਡੀਆ 'ਚ ਮੈਂਡੇਟਰੀ ਹਜੇ ਨਹੀਂ ਹੈਗਾ, ਸਾਰੇ ਬੈਕ ਕੈਮਰਾ ਦੇਖਦੇ ਆ। ਫਰੰਟ ਕੈਮਰਾ ਕੋਈ ਗੱਡੀ ਲੱਗ ਰਹੀ ਹੈ, ਇੰਸ਼ੋਰੈਂਸ ਲਈ ਬੜਾ ਇੰਪੋਰਟੈਂਟ ਹੈ ਗੱਡੀ ਕਿਹਦੀ ਲੱਗੀ ਹੈ। ਮੇਰੇ ਖਿਆਲ ਨਾਲ ਇੰਸ਼ੋਰੈਂਸ ਕੰਪਨੀਜ਼ ਨੂੰ ਅੱਗੇ ਆਉਣਾ ਚਾਹੀਦਾ ਹੈ। ਆਈ ਐਮ ਸ਼ੋਰ ਨੈਕਸਟ 10 ਈਅਰਸ ਕੇ ਅੰਦਰ ਇਹ ਕਾਮਨ ਬੜੀ ਡਿਸਕਸ਼ਨ ਹੋ ਜਾਏਗੀ ਔਰ ਜ਼ਿਆਦਾ ਸੋਫਿਸਟੀਕੇਟਡ ਇੰਸਟਰੂਮੈਂਟਸ ਆ ਜਾਏਗੇ। ਸਰ ਇਹਦੇ ਵਿੱਚ ਇੱਕ ਚਿਪ ਹੈਗੀ ਹੈ ਜਿਹਦੇ ਅੰਦਰ ਜੋ ਕਿ 7 ਦਿਨ ਦੀ ਰਿਕਾਰਡਿੰਗ ਕਰਦੀ ਹੈ। ਇਹਦੇ 'ਚ ਇੱਕ ਹੋਰ ਚੀਜ਼ ਵਧੀਆ ਹੈਗੀ ਹੈ, ਇਹਦੇ ਅੰਦਰ ਤੁਹਾਡੇ ਕੋਲ ਰਡਾਰ ਵੀ ਹੈਗੀ ਹੈ। ਰਾਊਂਡ ਟੇਬਲ ਇੰਡੀਆ ਦਾ ਇਵੈਂਚੁਅਲੀ ਮੋਟਿਵ ਤਾਂ ਇਹੀ ਹੈ ਕਿ ਹਮ ਕਿਸ ਤਰ੍ਹਾਂ ਸੇ ਕਮਿਊਨਿਟੀ ਐਟ ਲਾਰਜ ਕੋ ਸਰਵ ਕਰੇ, ਚਾਹੇ ਉਹ ਐਜੂਕੇਸ਼ਨ ਕੇ ਥਰੂ, ਚਾਹੇ ਉਹ ਕਮਿਊਨਿਟੀ ਸਰਵਿਸ ਕੇ ਥਰੂ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਟ੍ਰੈਫਿਕ ਸੜਕ 'ਤੇ ਹੁੰਦਾ ਤਾਂ ਉਦੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਮੌਜੂਦ ਹੁੰਦੀ ਹੈ, PCR ਦੀਆਂ ਗੱਡੀਆਂ ਹੁੰਦੀਆਂ ਨੇ, ਲੇਕਿਨ ਕਦੀ ਨਾ ਕਦੀ ਆਪਸ 'ਚ ਬਹਿਸਬਾਜ਼ੀਆਂ ਹੋ ਜਾਂਦੀਆਂ ਨੇ, ਥੋੜ੍ਹੀ ਜਿਹੀ ਆਨਾਤਾਨੀ ਜੀ ਹੋ ਜਾਂਦੀ ਹੈ ਇਸ ਗੱਲ ਨੂੰ ਲੈ ਕੇ ਕਿ ਮੈਂ ਸਹੀ ਹਾਂ ਜਾਂ ਜਿਹੜੇ ਪੁਲਿਸ ਅਫਸਰ ਨੇ ਰੋਕਿਆ ਉਹ ਸਹੀ ਜਾਂ ਗਲਤ ਹੈ। ਸੋ ਇਹ ਗੱਲਾਂ ਦੀ ਕਈ ਵਾਰ ਬਹਿਸਬਾਜ਼ੀਆਂ ਹੁੰਦੀਆਂ ਨੇ, ਉਹ ਬਹਿਸਬਾਜ਼ੀਆਂ ਨਾ ਹੋਣ, ਹੁਣ ਉਹਦਾ ਇੱਕ ਬੜਾ ਸੋਹਣਾ ਹੁਣ ਇੱਕ ਵਿਕਲਪ ਬਣ ਕੇ ਬਾਹਰ ਆ ਰਿਹਾ, ਉਹ ਹੈ ਡੈਸ਼ ਕੈਮਸ। ਜੀ ਹਾਂ, ਪੁਲਿਸ ਦੀਆਂ ਗੱਡੀਆਂ 'ਤੇ ਹੁਣ ਡੈਸ਼ ਕੈਮ ਲੱਗ ਰਹੇ ਹੈ ਤਾਂ ਕਿ ਜਦੋਂ ਵੀ ਕੋਈ ਟ੍ਰੈਫਿਕ ਮੁਲਾਜ਼ਮ ਜਾਂ ਪੁਲਿਸ ਮੁਲਾਜ਼ਮ ਕਿਸੇ ਬੰਦੇ ਨੂੰ ਰੋਕੂਗਾ, ਕੋਈ ਇਨਕੁਆਇਰੀ ਹੋਊਗੀ, ਗੱਲਬਾਤ ਹੋਊਗੀ, ਤਾਂ ਕੱਲ੍ਹ ਨੂੰ ਕੋਈ ਵੀ ਦੋਸ਼, ਕੋਈ ਆਰੋਪ ਪ੍ਰਤਿਆਰੋਪ ਝੂਠੇ ਇੱਕ ਦੂਜੇ 'ਤੇ ਨਹੀਂ ਮਾਰ ਸਕਦਾ, ਨਹੀਂ ਲਗਾ ਸਕਦਾ। ਇਹਨੂੰ ਲੈ ਕੇ ਡੈਸ਼ ਕੈਮ ਲੱਗ ਰਹੇ ਆ, ਕੋਲ ਇੰਸਪੈਕਟਰ ਸਾਹਿਬ ਮੌਜੂਦ ਨੇ, ਉਹ ਗੱਲਬਾਤ ਕਰਦੇ ਹਾਂ। ਇੰਸਪੈਕਟਰ ਸਾਹਿਬ, ਕਿਵੇਂ ਲੱਗਦਾ ਇਹ ਡੈਸ਼ ਕੈਮਾਂ ਦੇ ਨਾਲ ਤੁਹਾਨੂੰ ਕਿੰਨੀ ਸਹੂਲਤ ਮਿਲੇਗੀ ਅਤੇ ਜਿਹੜੀ ਆਮ ਜਨ ਜੀਵਨ ਹੈ, ਆਮ ਲੋਕ ਨੇ, ਉਹਨਾਂ ਨੂੰ ਕੀ ਫੈਸਿਲਿਟੀਆਂ ਮਿਲਣਗੀਆਂ? ਜੀ, ਜਿਵੇਂ ਹੁਣ ਆ ਗੱਡੀ ਦੇ ਵਿੱਚ ਸਾਹਮਣੇ ਕੈਮਰਾ ਲੱਗਾ ਆ, ਸਾਹਮਣੇ ਕੋਈ ਗੱਡੀ ਆ ਰਹੀ ਆ ਜਾਂ ਇੱਧਰੋਂ ਸਾਈਡ ਤੋਂ ਕ੍ਰੋਸ ਕਰ ਰਹੀ ਆ, ਇਹਦੇ ਵਿੱਚ ਆਪਾਂ ਨੂੰ ਕੋਈ ਸਾਹਮਣੇ ਐਕਸੀਡੈਂਟ ਹੋ ਜਾਂਦਾ, ਕੋਈ ਸਾਡੀ ਗੱਡੀ ਨਾਲ ਹੀ ਜਾਂ ਕਿਸੇ ਹੋਰ ਦਾ ਜਾਂਦਾ, ਉਹਦੇ ਵਿੱਚ ਸਾਰਾ ਕਲੀਅਰ ਹੋ ਜਾਊਗਾ ਕਿ ਕਿਸ ਗੱਡੀ ਦਾ ਕਸੂਰ ਆ, ਕਿਹੜੀ ਰੋਂਗ ਸਾਈਡ ਤੋਂ ਆਈ ਆ, ਕਿੰਨੇ ਕਿਹੜੇ ਡਰਾਈਵਰ ਦੀ ਗਲਤੀ ਹੈ, ਇਹਦੇ ਵਿੱਚ ਸਾਰਾ ਇਸ ਕਰਕੇ। ਇਹਦਾ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜੇ ਮੰਨ ਲਓ ਜਦੋਂ ਚਲਾਣ ਵਗੈਰਾ ਹੁੰਦੇ ਨੇ ਤਾਂ ਚਲਾਣ ਬੁੱਕ ਪਈ ਹੁੰਦੀ ਹੈ, ਕਈ ਵਾਰ ਲੋਕ ਕਹਿਣ ਲੱਗ ਜਾਂਦੇ ਮੈਂ ਗਲਤ ਨਹੀਂ ਸੀਗਾ, ਮੈਂ ਸਹੀ ਨਹੀਂ ਸੀ, ਤੁਸੀਂ ਮੇਰੇ ਗਲਤ ਬੋਲ ਰਹੇ ਹੋ, ਤੁਸੀਂ ਸਹੀ ਨਹੀਂ ਬੋਲੇ, ਇਹ ਵੀ ਗੱਲਾਂ ਕਿਵੇਂ? ਹਾਂ ਹਾਂ, ਬਿਲਕੁਲ ਬਿਲਕੁਲ ਜੀ, ਮਿਲਦੀਆਂ ਨੇ, ਲੋਕ ਇਲਜ਼ਾਮ ਲਾਉਂਦੇ ਆ ਅਤੇ ਉਹਦੇ ਵੀ ਸਾਰਾ ਕੁਝ ਰਿਕਾਰਡ ਹੋ ਜਾਣਾ, ਵੀਡੀਓ ਸਾਰਾ ਕੁਝ ਬਣੂਗਾ, ਬਿਲਕੁਲ ਜੀ ਬਿਲਕੁਲ। ਇਹਨਾਂ ਗੱਲਾਂ ਕਰਕੇ ਹੀ ਲੱਗ ਰਹੇ ਨੇ ਹੁਣ ਇਹ। ਹਾਂਜੀ, ਸੋ ਤੁਹਾਨੂੰ ਦੱਸੋ, ਦਿਖਾ ਦਿੰਦੇ ਹਾਂ ਵੀ ਜਿਹੜੇ ਕੈਮਰੇ ਫਿੱਟ ਹੋ ਰਹੇ ਆ, ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੰਦਰ ਕੈਮਰੇ ਲੱਗ ਰਹੇ ਆ। ਸੋ ਕਿਤਨਾ ਕਿਤੇ ਇਹਦਾ ਬਹੁਤ ਵੱਡਾ ਇੱਕ ਜਿਹੜਾ ਯੂਜ਼ ਹੈ ਉਹ ਹੁਣ ਹੋਣ ਵਾਲਾ ਹੈ, ਤਾਂ ਕਿ ਗੱਡੀਆਂ ਜਦੋਂ ਕੋਲੋਂ ਲੰਘਦੀਆਂ ਨੇ, ਖਹਿੰਦੀਆਂ ਨੇ, ਲੰਘਦੀਆਂ ਨੇ, ਤਾਂ ਨਾਲ ਦੇ ਨਾਲ ਜਿਹੜੇ ਕਈ ਵਾਰ ਲੋਕ ਕਹਿ ਦਿੰਦੇ ਆ ਜੀ ਕਿ ਅਸੀਂ ਸਹੀ ਸੀਗੇ ਜੀ, ਅਸੀਂ ਤਾਂ ਗਲਤ ਨਹੀਂ ਸੀਗੇ, ਪੁਲਿਸ ਨੇ ਜਾਣ ਕੇ ਰੋਕ ਲਿਆ, ਇਹ ਅਮੂਮਨ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਪਰ ਹੁਣ ਇਹ ਕੈਮਰਿਆਂ ਦੇ ਲੱਗਣ ਤੋਂ ਬਾਅਦ ਕੋਈ ਵੀ ਆਮ ਰਾਹਗੀਰ, ਕੋਈ ਵੀ ਜਿਹੜਾ ਆਮ ਡਰਾਈਵਰ ਹੈ, ਕਮਿਊਟ ਕਰ ਰਿਹਾ, ਉਹ ਕਦੀ ਵੀ ਇਹ ਗੱਲ ਨਹੀਂ ਕਹਿ ਪਾਊਗਾ ਕਿ ਪੁਲਿਸ ਨੇ ਮੈਨੂੰ ਬਿਨਾਂ ਮਤਲਬ ਦੇ ਰੋਕ ਲਿਆ ਜਾਂ ਪੁਲਿਸ ਨੇ ਇਹ ਕਹਿਤਾ ਜਾਂ ਪੁਲਿਸ ਅਫਸਰ ਨੇ ਮੇਰੇ 'ਤੇ ਰੋਹਬ ਮਾਰਤਾ, ਕਿਉਂਕਿ ਇਹ ਗੱਲਾਂ ਆਮ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ। ਸੋ ਇਹਨਾਂ ਕੈਮਰਿਆਂ ਦੇ ਨਾਲ ਜਿੱਥੇ ਸੇਫਟੀ ਦਾ ਪੱਖ ਤਾਂ ਹੈ ਹੀ ਹੈ, ਉੱਥੇ ਜਦੋਂ ਚਲਾਣ ਵਗੈਰਾ ਹੁੰਦੇ ਆ ਤਾਂ ਕਈ ਵਾਰ ਜਿਹੜੇ ਲੋਕ ਨੇ ਉਹ ਥੋੜ੍ਹਾ ਜਿਹਾ ਐਗਰੈਸ਼ਨ 'ਚ ਆ ਕੇ, ਐਂਗਰ 'ਚ ਆ ਕੇ ਕਹਿ ਦਿੰਦੇ ਆ ਜੀ ਮੇਰੇ ਨਾਲ ਪੁਲਿਸ ਵਾਲੇ ਨਜਾਇਜ਼ ਕਰ ਲਈ ਹੈ, ਕਈ ਵਾਰ ਚਲਾਣ ਮੋਟੇ ਹੁੰਦੇ ਨੇ। ਅੱਜ ਕੱਲ੍ਹ ਹੁਣ ਜੇ ਆਪਾਂ ਗੱਲ ਕਰੀਏ ਆ 2023 ਤੋਂ, ਹਾਂ 24 ਸ਼ੁਰੂ ਹੋ ਗਿਆ, ਆ ਸਾਲਾਂ ਵਿੱਚ ਜਿਹੜੇ ਚਲਾਨ ਨੇ ਇਹ ਜਿਹੜੇ ਫਾਈਨ ਨੇ ਇਹ ਹੈਫਟੀ ਫਾਈਨਸ ਹੋ ਗਏ ਆ, ਮਹਿੰਗੇ ਚਲਾਨ ਹੋ ਗਏ ਨੇ, ਮਹਿੰਗੇ ਤਾਂ ਹੋਏ ਨੇ ਦੁੱਗਣੇ ਤਿੱਗਣੇ ਤਾਂ ਕਿ ਲੋਕ ਸੁਧਰ ਸਕਣ, ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਸਕਣ, ਕਿਤੇ ਵੀ ਗਲਤੀ ਨਾ ਕਰਨ। ਸ਼ਾਇਦ ਇਹਨੂੰ ਲੈ ਕੇ ਹੀ ਉਹਨਾਂ ਜਿਹੜੀਆਂ ਤੁਸੀਂ ਪੰਜਾਬ ਪੁਲਿਸ ਦੀਆਂ ਗੱਡੀਆਂ ਦੇਖ ਸਕਦੇ ਹੋ, ਇਹਦੇ 'ਚ ਕੈਮਰੇ ਇੰਸਟਾਲ ਕੀਤੇ ਗਏ ਆ ਤਾਂ ਕਿ
ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਇਹ ਗੱਡੀ 'ਚ ਹੁੰਦੀ ਹੈ, ਗੱਡੀ ਦੇ ਆਸ ਪਾਸ ਹੁੰਦੀ ਹੈ ਜਾਂ ਗੱਡੀ ਦੇ ਸਾਹਮਣੇ ਹੁੰਦੀ ਹੈ, ਤਾਂ ਉਹ ਸਾਰਾ ਕੁਝ ਕੈਪਚਰ ਹੋ ਜੂਗਾ, ਵਿਜੂਅਲਾਈਜ਼ ਹੋ ਜੂਗਾ, ਵੀਡੀਓ ਬਣ ਜੂਗੀ, ਰਿਕਾਰਡਿੰਗ ਹੋ ਜੂਗੀ, ਤਾਂ ਕਿ ਕੱਲ੍ਹ ਨੂੰ ਕੋਈ ਪੁਲਿਸ ਅਫਸਰ ਜਾਂ ਕੋਈ ਵੀ ਆਮ ਡਰਾਈਵਰ ਇੱਕ ਦੂਜੇ 'ਤੇ ਬਿਨਾਂ ਮਤਲਬ ਦੇ ਬੇਬੁਨਿਆਦ ਦੋਸ਼ ਨਾ ਲਗਾ ਸਕਣ। ਅਡੋਪਟ ਅਡੈਪਟ ਇੰਪਰੂਵ, ਸ਼ਾਇਦ ਇਹੀ ਮੋਟੋ ਹੈ ਰਾਊਂਡ ਟੇਬਲ ਇੰਡੀਆ ਦਾ। ਜੀ ਹਾਂ, ਜ਼ਿਕਰ ਕਰ ਰਿਹਾ ਰਾਊਂਡ ਟੇਬਲ ਇੰਡੀਆ ਦਾ, ਇਹ ਉਹ ਹੈ ਜਿਨ੍ਹਾਂ ਨੇ ਜਿਹੜੇ ਡੈਸ਼ ਕੈਮਸ ਨੇ ਉਹਨਾਂ ਦੀ ਅਵੇਲੇਬਿਲਟੀ ਕਰਵਾਈ ਹੈ, ਜਾਂ ਕਈ ਤਾਂ ਡੈਸ਼ ਕੈਮਸ ਸਪੋਂਸਰ ਕੀਤੇ ਨੇ ਪੰਜਾਬ ਪੁਲਿਸ ਨੂੰ, ਤਾਂ ਕਿ ਜਿਹੜੀ ਉਹਨਾਂ ਦੀਆਂ PCR ਵਾਲੀਆਂ ਗੱਡੀਆਂ ਨੇ ਉਹਨਾਂ 'ਤੇ ਕੈਮਸ ਲੱਗ ਸਕਣ ਅਤੇ ਵੀਡੀਓ ਆਡੀਓ ਰਿਕਾਰਡਿੰਗ ਬਖੂਬੀ ਹੋ ਸਕੇ ਅਤੇ ਟਰਾਂਸਪਰੈਂਸੀ ਦੇ ਨਾਲ ਪਾਰਦਰਸ਼ਤਾ ਨਾਲ ਜੋ ਵੀ ਕੰਮ ਕਾਰ ਆ ਉਹ ਹੋ ਸਕੇ। ਬਾਕੀ ਵਧੇਰੀ ਜਾਣਕਾਰੀ ਹਾਸਲ ਕਰਦੇ ਹਾਂ, ਚੇਅਰਮੈਨ ਮਨੀਸ਼ ਕਪੂਰ ਰਾਊਂਡ ਟੇਬਲ ਇੰਡੀਆ ਤੋਂ ਮੌਜੂਦ ਨੇ। ਮਨੀਸ਼ ਜੀ, ਵਿਜ਼ਨ ਕੀ ਸੀਗਾ, ਮਾਇੰਡ 'ਚ ਕੀ ਸੀਗਾ ਇਸ ਸਭ ਦੇ ਪਿੱਛੇ? ਸਰ, ਵਿਜ਼ਨ ਬੜਾ ਕਲੀਅਰ ਹੈ ਕਿ ਪੁਲਿਸ 'ਤੇ ਅਤੇ ਨੋਰਮਲੀ ਟ੍ਰੈਫਿਕ ਦੇ ਉੱਪਰ ਬੜਾ ਇਸ਼ੂ ਬਣਿਆ ਰਹਿੰਦਾ ਹੈ ਕਿ ਯਾਰ ਗਲਤੀ ਕਿਹਦੀ ਹੈ। ਇੱਕ ਕੈਮਰਾ ਮੇਰੇ ਖਿਆਲ ਨਾਲ ਸੋਲਵ ਕਰ ਸਕਦਾ ਕਿ ਗਲਤੀ ਕਿਹਦੀ ਹੈ। ਰਿਕਾਰਡਿੰਗ ਫਰੰਟ ਤੋਂ ਲੈ ਰਹੇ ਹਾਂ ਆਪਾਂ, ਫਰੰਟ ਡੈਸ਼ ਕੈਮ ਜਿੰਨੀ ਵੀ ਅੱਛੀ ਡਿਵਲਪਡ ਕੰਟਰੀਜ਼ ਹੈਗੀਆਂ ਸਾਰਿਆਂ 'ਚ ਮੈਂਡੇਟਰੀ ਹੈਗਾ, ਇੰਡੀਆ 'ਚ ਮੈਂਡੇਟਰੀ ਹਜੇ ਨਹੀਂ ਹੈਗਾ। ਸਾਰੇ ਬੈਕ ਕੈਮਰਾ ਦੇਖਦੇ ਆ, ਫਰੰਟ ਕੈਮਰਾ ਕੋਈ ਗੱਡੀ ਲੱਗ ਰਹੀ ਹੈ, ਇੰਸ਼ੋਰੈਂਸ ਲਈ ਬੜਾ ਇੰਪੋਰਟੈਂਟ ਹੈ ਕਿ ਗੱਡੀ ਕਿਹਦੀ ਲੱਗੀ ਹੈ। ਮੇਰੇ ਖਿਆਲ ਨਾਲ ਇੰਸ਼ੋਰੈਂਸ ਕੰਪਨੀਜ਼ ਨੂੰ ਅੱਗੇ ਆਉਣਾ ਚਾਹੀਦਾ ਅਤੇ ਉਹਨਾਂ ਨੂੰ ਵੀ ਇਹ ਚੀਜ਼ ਪ੍ਰਮੋਟ ਕਰਨੀ ਚਾਹੀਦੀ ਹੈ। ਜਿੰਨੀ ਅੱਛੀ ਕੰਪਨੀਜ਼ ਹੈ ਉਹ ਬਾਹਰਲੀ ਕੰਟਰੀਜ਼ ਹੁੰਦੀ ਹੈ, ਸਾਡੀ ਕੰਟਰੀ 'ਚ ਕਿਉਂ ਨਹੀਂ ਦਿੰਦੀਆਂ ਇਹ ਕੈਮਰਾ? ਜਿਵੇਂ ਸਾਡੇ ਟਰੱਕ ਡਰਾਈਵਰਸ ਹੈਗੇ ਆ, ਉਹ ਉਹਨਾਂ ਦੀ ਕੰਪਲੇਂਟ ਸੀ ਪਿੱਛੇ, ਜੇ ਤੁਸੀਂ ਦੇਖਿਆ ਹੋਣਾ ਪੈਟਰੋਲ ਦੇ ਪੈਟਰੋਲ ਖਤਮ ਹੋ ਗਿਆ, ਸਟ੍ਰਾਈਕ ਹੋ ਗਈ, ਕਿਉਂ ਹੋਇਆ ਕਿ ਉਹਨਾਂ ਨੂੰ ਡਰ ਪੈ ਗਿਆ ਕਿ ਯਾਰ ਗਲਤੀ ਸਾਡੀ ਮੰਨੀ ਜਾ ਰਹੀ ਹਰ ਗੱਲ 'ਤੇ। ਇਹ ਛੋਟੀ ਜਿਹੀ ਡਿਵਾਈਸ ਜੇ ਲੱਗ ਜੇ ਆਪਣੀ ਟਰੱਕ ਦੇ ਅੱਗੇ, 4,000 ਤੋਂ ਲੈ ਕੇ 20,000 25,000 ਤੱਕ ਕੈਮਰੇ ਹੈਗੇ ਆ ਜੀ। ਪ੍ਰਾਈਸ ਰੇਂਜ ਹੈ ਇਹ ਇਨ ਬਿਟਵੀਨ ਕਿੰਨੀ ਹੁੰਦੀ? ਸਰ, ਇਹ ਤਕਰੀਬਨ 3,035 ਸ਼ੁਰੂ ਹੋ ਜਾਂਦੇ ਆ ਜੀ, ਗੋਜ਼ ਅਪ ਟੂ, ਮੇਰੇ ਘਰ ਮੈਂ ਮੇਰੀ ਕੰਪਨੀ ਤਾਂ ਨਹੀਂ ਹੈਗੀ, ਅਸੀਂ ਤਾਂ ਅਸੀਂ ਅਪਰੋਕਸੀਮੇਟ ਆਈਡੀ ਹੋਏਗਾ 15-20 ਤੱਕ ਹੋਏਗਾ। ਇਹ ਤਕਰੀਬਨ ਸਰ 10,000 ਦੀ MRP ਹੈ ਜੀ ਇਹਨਾਂ ਦੀ, ਇਹ ਲਵਾਈ ਹੈ ਜੀ। ਇਹ ਕ੍ਰੋਸ ਲਿੰਕ ਸਾਡੀ ਕੰਪਨੀ ਹੈ, ਮਤਲਬ ਸਾਡੇ ਟੇਬਲਰ ਦੀ ਕੰਪਨੀ ਹੈ ਜੀ। ਸਰ, ਇਹਦੇ ਵਿੱਚ ਇੱਕ ਚਿਪ ਹੈਗੀ ਹੈ ਜਿਹਦੇ ਅੰਦਰ, ਜੋ ਕਿ 7 ਦਿਨ ਦੀ ਰਿਕਾਰਡਿੰਗ ਕਰਦੀ ਹੈ। ਇਹਦੇ 'ਚ ਇੱਕ ਹੋਰ ਚੀਜ਼ ਵਧੀਆ ਹੈਗੀ ਹੈ, ਇਹਦੇ ਅੰਦਰ ਤੁਹਾਡੇ ਕੋਲ ਰਡਾਰ ਵੀ ਹੈਗੀ ਹੈ, ਜੋ ਕਿ ਗੱਡੀ ਫਾਸਟ ਜਾ ਰਹੀ ਹੈ PCR ਦੇ ਅੱਗੇ, ਉਹਨੂੰ ਰੋਕ ਵੀ ਸਕਦੇ ਆ ਕਿ ਤੁਹਾਡਾ ਇਸ 'ਚ ਕੈਪਚਰ ਹੋਇਆ ਜੀ। ਜੋ ਯੂਰਪ 'ਚ ਦੇਖਿਆ ਤੁਸੀਂ ਹੋਣਾ ਕਿ ਉਹ ਕੈਪਚਰ ਕਰ ਲੈਂਦੇ ਆ, ਮਤਲਬ ਵੇਟ ਨਹੀਂ ਲੋਡ ਕਰਨ ਦੀ ਕਿ ਨਾਕੇ 'ਤੇ ਜਾ ਕੇ ਫੜਾਂਗੇ ਜੀ। ਇਸ ਕੈਮਰੇ ਨਾਲ ਇਹ ਹੈਲਪ ਹੋ ਸਕਦੀ ਹੈ। ਇਨੀਸ਼ੀਅਲ ਸਟੇਜ ਹੈ, ਅਸੀਂ ਫਿਲਹਾਲ 10 ਗੱਡੀਆਂ 'ਤੇ PCR 'ਤੇ ਲਗਾਇਆ। ਅਸੀਂ ਸਭ ਨੂੰ ਕਹਿੰਦੇ ਹਾਂ ਸਾਰੇ ਆਪਣੀਆਂ ਗੱਡੀਆਂ 'ਤੇ ਲਗਾਉਣ, ਤਾਂ ਕਿ ਕੁਛ ਹੈਲਪ ਹੋ ਸਕੇ ਚੀਜ਼ਾਂ ਦੇ ਵਿੱਚ। ਅਤੇ ਨਾਲ ਹੁਣ ਗੱਲਬਾਤ ਕਰਦੇ ਹਾਂ ਬਾਈ ਜੀ, ਐਕਚੁਅਲ ਦੇ ਵਿੱਚ ਹੁਣ ਇਹ ਚੀਜ਼ ਕਾਰਗਰ ਕਿੰਨੀ ਕੁ ਸਾਬਿਤ ਹੋਊਗੀ, ਕਿੰਨੀ ਕੁ ਲਾਹੇਵੰਦ, ਕਿੰਨੀ ਕੁ ਫਾਇਦੇਮੰਦ ਹੋ ਸਕਦੀ ਹੈ ਪੁਲਿਸ ਵਾਸਤੇ, ਡਿਪਾਰਟਮੈਂਟ ਵਾਸਤੇ ਵੀ, ਆਮ ਜਨਰਲ ਪਬਲਿਕ ਵਾਸਤੇ ਵੀ, ਅਤੇ ਜਿਹੜੇ ਲੋਕ ਸੜਕਾਂ ਚੱਲਦੇ ਨੇ ਰਾਹਗੀਰ ਉਹਨਾਂ ਵਾਸਤੇ ਵੀ? देखिए, आई एम श्योर कि जितने भी सोफिस्टिकेटेड इंस्ट्रूमेंट्स हैं आज की डेट पे जो आ रहे हैं, चाहे वो डैश कैम है, चाहे वो बड़े कैमराज हैं, ऑडियो स्पीड रडार्स हैं, ये सारों का इवेंचुअली एक ही पर्पज़ है कि हम किस तरीके से वी आर एबल टू सेव कॉन्फ्लिक्ट्स, चाहे वो कोर्ट्स के अंदर हो, चाहे वो ऑन स्पॉट रोड पे हो, रोड रेज हो, इन सब चीज़ों को कंट्रोल करने के लिए है। सो ये एक स्टार्टिंग है, आई एम श्योर नेक्स्ट 10 ईयर्स के अंदर ये एक कॉमन बड़ी डिस्कशन हो जाएगी और ज़्यादा सोफिस्टिकेटेड इंस्ट्रूमेंट्स आ जाएंगे, शायद से कार कंपनीज खुद ही इनबिल्ट देना शुरू कर देंगे। सो आई एम प्रीटी पॉजिटिव कि द आइडिया वॉज टू स्टार्ट विद PCR बिकॉज ट्रैफिक पुलिस है जो ऑफकोर्स दे आर काइंड ऑफ गवर्निंग द इंटायर रोड्स,
तो जब वो गवर्न कर रही हैं रोड्स को तो हमें उनसे ही ज़्यादा अच्छा फीडबैक मिल पाएगा कि इसकी एक्चुअल में क्या वैल्यू है, और उनके फीडबैक के बेसिस पे आई थिंक इवन सिटीजन्स विल बी अवेयर कि हमें क्या लगाना चाहिए. सो टू स्टार्ट विद पुलिस एंड देन इवेंचुअली सिटीजन्स के लिए भी अवेयरनेस क्रिएट करनी थ्रू मीडिया थ्रू पुलिस आई थिंक इज आर स्टेप. राउंड टेबल इंडिया का इवेंचुअली मोटिव तो यही है कि हम किस तरह से कम्युनिटी एट लार्ज को सर्व करें, चाहे वो एजुकेशन के थ्रू, चाहे वो कम्युनिटी सर्विस के थ्रू, चाहे वो PCRs या पुलिस के साथ पुलिसिंग के माध्यम से. सो इस पर्टिकुलर पोजीशन में मैं आपको ये जरूर बता सकता हूँ कि ट्रैफिक पुलिस इज रियली सपोर्टेड, दे हैव वेलकम्ड अस विद ओपन आर्म्स. सो आई एम प्रिटी पॉजिटिव कि ये हमें एक बहुत बड़ा बूस्ट देगा और सिटीजन्स को भी बूस्ट देगा. इवन जो छोटे लेवल पे अपने प्राइवेट कार्स पे भी अगर लगाएं तो आई थिंक हर एक को अपने इंडिविजुअल एडवांटेज जरूर होगा. तो कहीं ना कहीं अडॉप्ट अडॉप्ट और आपके साथ इम्प्रूव, तो कहीं ना कहीं ये सब शब्दों पर आप राउंड टेबल इंडिया खरे उतरते हुए नजर आ रहे हैं 100%. एंड आई एम होपिंग कि सारे सिटीजंस भी ये अडॉप्ट अडॉप्ट एंड इंप्रूव अगर जिंदगी में लेके चलें दे विल डू वेल. ठीक है, थैंक यू. तो आप देख सकते हो कि बड़े प्यारे तरीके दे नाल जिन्नियां भी गड्डियां ने इन्हां ते हुण डैश कैम्स लगन जा रहे हैं. फिर दोबारा तुहानू आ बॉक्सिस दिखा दिंदे आ कि आ उह बॉक्सिस ने, आ देख सकते हो ਜਿਹੜੇ ਡੈਸ਼ ਕੈਮਸ ਹੈਗੇ ਆ ਜਿਹੜੇ ਲੱਗ ਰਹੇ ਆ, ਅਤੇ ਪ੍ਰਾਈਜ਼ ਰੇਂਜਿੰਗ ਫਰੋਮ 3,500 ਤੋਂ ਲੈ ਕੇ 10,000-12,000 ਰੁਪਏ ਤੱਕ, ਡਿਪੈਂਡਿੰਗ ਔਨ ਹਾਊ ਮੱਚ ਯੂਰ ਪੋਕਟ ਅਲਾਉਸ ਯੂ, ਕਿੰਨੇ ਤੁਹਾਨੂੰ ਤੁਹਾਡੀ ਜੇਬ ਅਲਾਓ ਕਰਦੀ ਆ. ਪਰ ਜੀ ਹਾਂ, ਜੇ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ, ਸਿਕਿਓਰ ਰੱਖਣਾ, ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦੀ ਕੋਂਟਰੋਵਰਸੀ 'ਚ ਨਹੀਂ ਪੈਣਾ, ਕਲੈਸ਼ 'ਚ ਨਹੀਂ ਪੈਣਾ ਕਿ ਪੁਲਿਸ ਅਫਸਰ ਨੇ ਮੈਨੂੰ ਆਹ ਕਿਹਾ ਤਾਂ ਮੈਂ ਉਹਨੂੰ ਆਹ ਕਹਿਤਾ, ਅਤੇ ਇਹ ਚੀਜ਼ਾਂ ਨੂੰ ਇੰਪਰੂਵ ਕਰਨ ਵਾਸਤੇ ਆ ਚੀਜ਼ਾਂ ਸ਼ਾਇਦ ਸਮੇਂ ਦੀਆਂ ਮੰਗ ਨੇ, ਅਤੇ ਆਉਣ ਵਾਲੇ ਸਮੇਂ ਸ਼ਾਇਦ ਕਾਰ ਕੰਪਨੀ ਉੱਤੇ ਧਿਆਨ ਦੇਣਗੀਆਂ, ਕਿਉਂਕਿ ਜੇ ਹੁਣ ਕਾਰ ਕੰਪਨੀਆਂ ਇਨਬਿਲਟ ਗੱਡੀ 'ਚ ਜਿਹੜੇ ਏਅਰਬੈਗਸ ਨੇ ਜਾਂ ABS ਬ੍ਰੇਕਾਂ ਨੇ ਉਹ ਪਾ ਸਕਦੀਆਂ ਨੇ, ਤਾਂ ਸ਼ਾਇਦ ਇਸੇ ਤਰ੍ਹਾਂ ਏਅਰਬੈਗ ਅਤੇ ABS ਬ੍ਰੇਕਾਂ ਦੇ ਨਾਲ ਸੇਫਟੀ ਕੰਸਰਨ ਨੂੰ ਲੈ ਕੇ, ਅਵੇਲੇਬਿਲਟੀ ਨੂੰ ਲੈ ਕੇ, ਵਿਜ਼ਨ ਨੂੰ ਲੈ ਕੇ, ਵਿਜ਼ੂਅਲ ਨੂੰ ਲੈ ਕੇ ਸ਼ਾਇਦ ਆਉਣ ਵਾਲੇ ਕੁਝ ਸਾਲਾਂ ਵਿੱਚ ਗੱਡੀਆਂ ਦੇ ਵਿੱਚ ਕੰਪਨੀਆਂ ਵੱਲੋਂ ਅਜੇ ਡੈਸ਼ ਕੈਮ ਲੱਗਣੇ ਵੀ ਸ਼ਾਇਦ ਸੁਭਾਵਿਕ ਹੋ ਜਾਣਗੇ. ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼.